ਚਾਬੀ ਕੱਢੀ ਜੇ ਕੁੱਤੇ ਦੀਆਂ ਲੱਤਾਂ ਟੁੱਟ ਗਈਆਂ ਜਾਪਦੀਆਂ ਐਕਸੀਡੈਂਟ ਹੋ ਗਿਆ ਉਹਦੀ ਵੀ ਲੱਤ 'ਤੇ ਵੀ ਪ੍ਰੋਬਲਮ ਆ ਗਈ ਚੱਲਿਆ ਨਹੀਂ ਜਾ ਰਿਹਾ ਧਰੀਟਾਂ ਪੈ ਗਈਆਂ ਐਕਸੀਡੈਂਟ ਹੋ ਗਿਆ ਘਰੋਂ ਆਉਂਦੇ ਹੋ ਤੁਸੀਂ ਕਿ ਯਾਰ ਮਾਂ ਪਿਓ ਨੂੰ ਪਤਾ ਹੁੰਦਾ ਕਿ ਅਸੀਂ ਜਾ ਰਹੇ ਕਿੱਥੇ ਮੱਥਾ ਟੇਕਣ ਮਾਂ ਯਾਰ ਦਿਲ ਖੁਸ਼ ਮਤਲਬ ਇੰਨਾ ਕੁ ਸਕੂਨ ਮਿਲਦਾ ਨਾ ਦਿਲ ਨੂੰ ਇਹੋ ਜਿਹਾ ਮਤਲਬ ਇੰਨੀ ਕਿਰਪਾ ਆ ਨਾ ਇਸ ਵਾਲੀ ਸਾਈਡ 'ਤੇ ਮਾਝੇ ਵਾਲੀ ਸਾਈਡ 'ਤੇ ਕਿ ਨਹੀਂ ਮਾਝਾ ਜ਼ੋਨ ਮਾਝਾ ਜ਼ੋਨ ਹੀ ਆ ਅਤੇ ਜ਼ਿਆਦੀ ਚੌਲ ਘੱਟ ਨਹੀਂ ਮੇਰੇ ਚੌਲ ਜ਼ਿਆਦੇ ਸਬਜ਼ੀ ਘੱਟ ਮਿਕਸ ਹੈ ਨਾ ਜਿਹੜੀ ਲੰਗਰ 'ਚ ਖਾਣ ਦਾ ਮਜ਼ਾ ਨਾ ਉਹ ਵੱਖਰਾ ਹੀ ਆ ਉੱਥੇ ਤਾਂ ਕੀ ਕਰ ਰਹੇ ਆ ਉਹ ਬਾਬਾ ਜੀ ਵਿਚਾਰੇ ਇੱਦਾਂ ਪਾਉਂਦੇ ਹੀ ਆ ਨਾਲ ਹੀ ਟੁੱਟ ਜਾਂਦਾ ਜੀ ਪਾਉਂਦੇ ਆ ਟੁੱਟ ਜਾਂਦਾ ਬਟ ਮੈਂ ਕਿਹਾ ਡਿਸਕ ਲੈਣਾ ਨਹੀਂ ਚਾਹੀਦਾ ਹੈ ਨਾ ਅਤੇ ਕਿੰਨੇ ਦਾ ਪਾਉਣਾ ਆਪਾਂ 'ਚ 300 ਦਾ ਪਵਾ ਲਾ ਇੰਪੋਰਟਡ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਹਿਣਾ ਕੁਝ ਕਹਿਲਾ ਯਾਰ ਕੁਝ ਕਹਿਲਾ ਕੁਝ ਬੋਲ ਕੁਝ ਹੋਏ ਹੋਏ ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅਤੇ ਮੈਂ ਤੁਹਾਡਾ ਆਪਦਾ ਜੇ ਰਾਮ ਗੜੀਆ ਤੋਂ ਅੱਜ ਜੀ ਮੀਂਹ ਨੇ ਸਵਾਗਤ ਕੀਤਾ ਸਾਡਾ ਸਵੇਰੇ ਸਵੇਰੇ ਅਤੇ ਹੁਣ ਅਸੀਂ ਲਾ ਰਹੇ ਜੀ ਸੈਟਲ ਰਹੂਗਾ ਇਹਤੇ ਪੂਰਾ ਨੀਲਾ ਨਹੀਂ ਹੋਣਾ ਚਾਹੀਦਾ ਸੀ ਸਗੋਂ ਚੱਲ ਕੋਈ ਨਾ ਜ਼ਿਆਦਾ ਵਧੀਆ ਇਹ ਤਾਂ ਕਈ ਲੋਕ ਗਰਾਰੀ ਜੀ ਵੀ ਲਾ ਦਿੰਦੇ ਨਾ ਪੂਰਾ ਬਣਵਾ ਕੇ ਹਨਾ ਪਾਈਪ ਜਿਹਾ ਬਣਾ ਕੇ ਲਾਉਂਦੇ ਨੇ ਕਈ ਵਾਰੀ ਥੋੜਾ ਫਿਰ ਵੀ ਬੰਨਣਾ ਪੈਣਾ ਆਪਾਂ ਨੂੰ ਉੱਪਰੋਂ ਥੱਲੇ ਟਾਈਟ ਹਨਾ ਜਾਣਦਾ ਤੇ ਕਿਤੇ ਨਹੀਂ ਸਿੱਧਾ 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 ਵੀਰੇ ਸਿੱਧਾ ਹਾਂ ਇੱਥੇ ਹਨਾ ਇੱਕ ਹੋਰ ਰੱਸੀ ਵੱਢਦੇ ਆ ਹਾਂ ਇੱਕ ਦੋ ਰੱਸੀਆਂ ਫੜ ਕੇ ਫਿਰ ਹੋਣਾ ਕੰਮ ਸੈੱਟ ਬੰਦੇ 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 ਇੰਨਾ ਹਾਂ ਬੰਦੇ ਇੱਥੇ ਡਬਲ ਕਰ ਡਬਲ ਕਰ ਸਿੰਗਲ ਨਾ ਡਬਲ ਕਰ ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅਤੇ ਆਪਾਂ ਪਹੁੰਚੇ ਅੱਜ ਅਰਸ਼ ਦੇ ਘਰੇ ਸੋ ਅਸੀਂ ਪਲਾਨ ਬਣਾਇਆ ਹੁਣ ਪੋਵਨ ਗੁਰਦੁਆਰਾ ਸਾਹਿਬ ਜਾਣ ਦਾ ਪਹਿਲਾਂ ਸਡਨਲੀ ਕੀ ਹੈ ਕਿ ਸਵੇਰੇ ਸਵੇਰੇ ਅਸੀਂ ਜਦੋਂ ਵੇਖਿਆ ਨਾ ਕਿ ਵੈਦਰ ਬਹੁਤ ਜ਼ਿਆਦਾ ਖਰਾਬ ਸੀਗਾ ਮੀਂਹ ਪੈ ਰਿਹਾ ਸੀ ਬਹੁਤ ਮੈਂ ਕਹਿ ਰਿਹਾ ਇਹੋ ਜਿਹਾ ਮੀਂਹ ਸੀਗਾ ਕਿ ਆਈ ਥਿੰਕ ਸੋ ਲੱਗਦਾ ਸੀਗਾ ਕਿ ਸਭ ਕੁਝ ਕੈਂਸਲ ਆ ਮੌਸਮ ਤਾਂ ਹਜੇ ਵੀ ਬੱਦਲ ਵਾਲਾ ਹੀ ਆ ਮੀਂਹ ਹਜੇ ਵੀ ਪੈ ਰਿਹਾ ਬਟ ਅਸੀਂ ਮੂੰਹ ਕੱਢਿਆ ਸੀਗਾ ਭਾਵੇਂ ਰਾਤ ਜਾਂਦੇ ਸਵੇਰ ਜਾਂਦੇ ਜਾਣਾ ਹੀ ਸੀਗਾ ਸੋ ਪਲਾਨ ਬਣ ਗਿਆ ਸਡਨਲੀ ਧੁੱਪ ਚੜ ਗਈ ਵਧੀਆ ਹੋ ਗਿਆ ਉਹ ਸਭ ਤੁਸੀਂ ਦੇਖ ਸਕਦੇ ਹੋ ਸੋ ਹੁਣ ਆਪਾਂ ਚੱਲੇ ਹਾਂ ਜੀ ਪੋਵਿੰਡ ਸਾਹਿਬ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦੇ ਸੋ ਦਰਸ਼ਨ ਕਰਦੇ ਹਾਂ ਜੀ ਤੁਹਾਨੂੰ ਵੀ ਕਰਾਉਂਦੇ ਹਾਂ ਅਤੇ ਬੁਲਟ 'ਤੇ ਹੀ ਜਾਵਾਂਗੇ ਬਾਹਰੋਂ ਥੋੜ੍ਹਾ ਰੂਟ ਕੱਢਾਂਗੇ ਅਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਮੈਂ ਕਿਹਾ ਚਲੋ ਆਡੀਅੰਸ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਅਤੇ ਝੰਡਾ ਵਗੈਰਾ ਬੰਨ ਲਿਆ ਤੁਸੀਂ ਦੇਖ ਹੀ ਲਿਆ ਵਾ ਅਤੇ ਥੋੜ੍ਹਾ ਚਾਹ ਪਾਣੀ ਪੀ ਕੇ ਤੁਹਾਨੂੰ ਟਾਈਟ ਵਗੈਰਾ ਕਰ ਲਈਏ ਕਿ ਮੈਂ ਕਿਹਾ ਹਿੱਲੇ ਹੁੱਲੇ ਨਾ ਮਗਰਾੜ ਵਗੈਰਾ ਤੋਂ ਡਨ ਡਨ ਹੋ ਗਿਆ ਕੰਮ ਹਿੱਲੇ ਗਏ ਫਿਰ ਪਿੱਛੋਂ ਆਪਾਂ ਫੜ ਲਾਂਗੇ ਪੱਕਾ ਹੀ ਹੋ ਗਿਆ ਚਲੋ ਫਿਰ ਡਨ
ਇੱਕ ਅੱਧਾ ਹੋਰ ਹੈਗੀ ਤੇ ਬੰਨ ਦੇ ਮੰਨ ਮੇਰੀ ਗੱਲ ਇੱਥੇ ਬੰਨ ਦੇ ਵਿੱਚ ਹਾਂ ਮਤਲਬ ਇਦਾਂ ਦੀ ਦੱਸਿਆ ਯਾਰ ਲੈਂਥ ਫੜ ਤੇ ਉੱਪਰੋਂ ਥੱਲੇ ਨੂੰ ਚਾਹ ਦੇ ਦੋ ਥੋੜੀ ਥੋੜੀ ਓਏ ਵਾਹਿਗੁਰੂ ਚਿੱਕੜੀ ਚਿੱਕੜ ਕਰਤਾ ਬਾਬੇ ਨੇ ਅੱਜ ਸ਼ਰਧਾ ਚੈੱਕ ਹੋਏਗੀ ਤੁਸੀਂ ਆਉਂਦੇ ਕਿ ਨਹੀਂ ਆਉਂਦੇ ਹੈਨਾ ਆਪਾਂ ਸ਼ੋਰਟਕੱਟ ਮਾਰ ਮੂਰ ਕੇ ਅਤੇ ਮੇਨ ਜਿਹੜਾ ਜਿੱਥੋਂ ਸੰਗਤ ਜਾਂਦੀ ਪਈ ਆ ਅਤੇ ਜਿੱਥੋਂ ਨਗਰ ਕੀਰਤਨ ਨਿਕਲਣਾ ਆ ਉੱਥੇ ਪਹੁੰਚ ਚੁੱਕੇ ਹਾਂ ਫਾਈਨਲੀ ਸੋ ਕਾਫੀ ਗਾਂ ਆ ਗਿਆ ਹਾਂ ਮੈਂ ਕਾਫੀ ਗਾਂ ਆਪਾਂ ਆ ਗਏ ਆ ਅਤੇ ਹੁਣ ਆਪਾਂ ਨਿਕਲਦੇ ਹਾਂ ਜੀ ਗੁਰਦੁਆਰਾ ਸਾਹਿਬ ਵੱਲ ਨੂੰ ਅਤੇ ਦੇਖੋ ਜੀ ਸ਼ਰਧਾ ਮੈਂ ਕਹਿੰਦਾ ਦਿਲ ਖੁਸ਼ ਹੋ ਜਾਂਦਾ ਮੀਂਹ ਪਿਆ ਵਾ ਚਿੱਕੜ ਆ ਬਟ ਸੰਗਤ ਵੇਖੋ ਤੁਸੀਂ ਚੈੱਕ ਕਰੋ ਮੇਰੇ ਖਿਆਲ 'ਚ ਜਾਂ ਤਾਂ ਉਹਦੀ ਨਗਰ ਕੀਰਤਨ ਦੀ ਵੇਟ ਕਰ ਰਹੇ ਨੇ ਸਾਰੇ ਜਣੇ ਨਗਰ ਕੀਰਤਨ ਦੋ ਦਿਨ ਇਕੱਠੇ ਹੁੰਦੇ ਆ ਹਨਾ ਹਾਂ ਸੋ ਆਪਾਂ ਹੌਲੀ 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 ਚੱਲਦੇ ਜਾਂਦੇ ਹਾਂ ਜੀ ਠੀਕ ਹੈ ਸੋ ਤੁਹਾਨੂੰ ਵੀ ਦਿਖਾਉਂਦੇ ਜਾਂਦੇ ਹਾਂ ਆਪਾਂ ਬਟ ਇਹ ਹੈ ਕਿ ਅਸੀਂ ਬਾਈ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਠੀਕ ਹੈ ਇਹ ਮੈਂ ਪਹਿਲੀ ਵਾਰ ਲਾਈਫ 'ਚ ਨਾ ਪਹਿਲੀ ਵਾਰ ਮਤਲਬ ਲਾ ਲਓ ਕਿ ਜ਼ਿੰਦਗੀ 'ਚ ਬੁਲਟ 'ਤੇ ਝੰਡਾ ਲਾਇਆ ਉਹ ਵੀ ਅਰਸ਼ ਕਹਿੰਦਾ ਪਿਆ ਮੇਰੇ ਵੱਲ ਪਿਆ ਵੀਰੇ ਲਾ ਦਿੰਦੇ ਹਾਂ ਅਤੇ ਮੈਂ ਕਿਹਾ ਚੱਲ ਲਾ ਲੈਂਦੇ ਹਾਂ ਇਹੀ ਬੇਨਤੀ ਹੈ ਕਿ ਜਦੋਂ ਇੱਦਾਂ ਕਿਤੇ ਮੇਲੇ 'ਤੇ ਜਾਂ ਕਿਤੇ ਵੀ ਕੋਈ ਫੈਸਟੀਵਲ 'ਤੇ ਜਾਂ ਕੋਈ ਵੀ ਦਿਹਾੜੇ 'ਤੇ ਆਉਂਦੇ ਹੋ ਨਾ ਤਾਂ ਹੁੱਲੜਬਾਜ਼ੀ ਨਾ ਕਰਿਆ ਕਰੋ ਮਤਲਬ ਮਹਾਰਾਜ ਦੇ ਘਰੇ ਜਾਣਾ ਮਹਾਰਾਜ ਦੇ ਘਰੇ ਜਾਣਾ ਹੈ ਤੁਸੀਂ ਸ਼ਰਧਾ ਨਾਲ ਚਲੋ ਠੀਕ ਹੈ ਯਾਰ ਦੋਸਤ ਇਕੱਠੇ ਹੁੰਦੇ ਆ ਤਾਂ ਹੁੰਦਾ ਆ ਬਟ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਮਸਤੀ ਮਜ਼ਾਕ ਆਪਣੀ ਜਗ੍ਹਾ 'ਤੇ ਠੀਕ ਹੈ ਨਾ ਨੁਕਸਾਨ ਨਾ ਕਰੋ ਅਤੇ ਨਾ ਕਿਸੇ ਦਾ ਹੋਣ ਦਿਓ ਠੀਕ ਹੈ ਮੈਂ ਇਹੀ ਕਹਾਂਗਾ ਠੀਕ ਹੈ ਤੁਸੀਂ ਐਵੇਂ ਕਹਿਣਾ ਸਿਆਣੀਆਂ ਗੱਲਾਂ ਕਰਦਾ ਬਟ ਬਾਈ ਜੀ ਇਹ ਤੁਹਾਡੇ ਫਾਇਦੇ ਲਈ ਹੀ ਆ ਠੀਕ ਹੈ ਆ ਦੇ ਚੈੱਕ ਕਰੋ ਜੀ ਆ ਸੰਗਤ ਆ ਠੀਕ ਹੈ ਤੇਰੇ
ਤੇ ਫਾਈਨਲੀ ਆ ਘਰ ਅੱਗੇ ਥੋੜਾ ਜਾ ਲੈ ਜਾ ਲਓ ਜੀ ਦਰਸ਼ਨ ਦੀਦਾਰੇ ਕਰੋ ਬਾਬਾ ਜੀ ਦੇ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਇੱਥੇ ਨੇ ਜੀ ਯਾਰ ਤੇਲ ਪਵਾ ਲਈਏ ਬਾਅਦ ਚੋਂ ਨਾ ਅੱਗੇ ਦਾ ਕੁਛ ਪਤਾ ਨਹੀਂ ਆ ਕਿ ਕਿੰਨੀ ਅੱਗੇ ਸੰਗਤ ਹੋਣੀ ਆ ਕਿੰਨਾ ਟਾਈਮ ਲੱਗ ਜਾਣਾ ਆ ਕਿਹੜੀ ਭੀੜ 'ਚ ਫਸ ਜਾਣਾ ਆ ਠੀਕ ਹੈ ਅਤੇ ਮੈਂ ਕਿਹਾ ਰਿਸਕ ਨਹੀਂ ਲੈਣਾ ਚਾਹੀਦਾ ਵੈਸੇ ਤਾਂ ਆਪਣੀ ਗੱਡੀ ਜਿਹੜੀ ਨਾ ਬੁਲਟ ਔਨ 'ਤੇ ਹੀ ਸੀਗਾ ਬਟ ਮੈਂ ਕਿਹਾ ਰਿਸਕ ਲੈਣਾ ਨਹੀਂ ਚਾਹੀਦਾ ਹੈ ਨਾ ਅਤੇ ਕਿੰਨੇ ਦਾ ਪਾਉਣਾ ਆਪਾਂ 'ਚ 300 ਦਾ ਪਵਾ ਲਾ 300 ਦਾ ਪਾ ਦੇ 300 ਦਾ ਪਾ ਦੇ ਇੱਧਰ ਯਾਰ ਔਨਲਾਈਨ ਹੋ ਜੂ ਨਾ ਸੋ ਸੰਗਤ ਜਾਈ ਜਾ ਰਹੀ ਹੈ ਬਟ ਸ਼ਾਇਦ ਮੀਂਹ ਕਰਕੇ ਨਾ ਸੰਗਤ ਅੱਜ ਘੱਟ ਆ ਮਤਲਬ ਪਿਛਲੇ ਵਾਲਾ ਬਲੌਗ ਸ਼ਾਇਦ ਅਗਰ ਤੁਸੀਂ ਦੇਖਿਆ ਹੋਵੇ ਨਾ ਸ਼ਾਇਦ ਤੁਸੀਂ ਦੇਖਿਆ ਮੈਂ ਲਿੰਕ ਵੈਸੇ ਵੀ ਨਾਲ ਮੈਂ ਪਿੰਨ ਕਰ ਦਿਆਂਗਾ ਪਿਛਲੇ ਵਾਲਾ ਬਲੌਗ ਵੀ ਦੇਖਿਓ ਬਟ ਪਿਛਲੀ ਵਾਰ ਜਿੰਨੀ ਸੰਗਤ ਸੀਗੀ ਨਾ ਅੱਜ ਮੀਂਹ ਪਿਆ ਵਾ ਬੜੇ ਕਿ ਰੱਬ ਸਬੱਬੀ ਗੁਰੂ ਸਾਹਿਬ ਨੇ ਕਿਰਪਾ ਕਰਤੀ ਧੁੱਪ ਚੜ੍ਹ ਗਈ ਆ ਅਤੇ ਚੱਲਦੇ ਹਾਂ ਜੀ ਚੇਲੇ ਬੁਣੇ ਅੱਗੇ ਹੁਣ ਨਾ ਭੁੱਖ ਲੱਗ ਗਈ ਬਹੁਤ ਜ਼ਿਆਦਾ ਹੁਣ ਅੱਗੇ ਜਾ ਕੇ ਕੋਈ ਲੰਗਰ 'ਚ ਰੋਕਦੇ ਬ੍ਰੇਕ ਮਾਰਦੇ ਅਤੇ ਖਾਂਦੇ ਹਾਂ ਕੁਛ ਹਾਂਜੀ ਸੋ ਖੀਰ ਅਸੀਂ ਖਾ ਲਈ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਮੈਂ ਕਹਿ ਰਿਹਾ ਲੰਗਰ ਤਾਂ ਲੰਗਰ ਹੀ ਹੁੰਦਾ ਹੈ ਨਾ ਸੋ ਆਪਾਂ ਨੂੰ ਜਿੱਦਾਂ ਜਿੱਦਾਂ ਅੱਗੇ ਲੰਗਰ ਮਿਲਦਾ ਜਾਏਗਾ ਆਪਾਂ ਖਾਂਦੇ ਜਾਵਾਂਗੇ ਅਤੇ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਕੀ ਕੁਛ ਛਕਿਆ ਇੱਥੋਂ ਨਾ ਅਪਰੋਕਸੀਮੇਟਲੀ ਹੈਗਾ 20-25 ਕਿਲੋਮੀਟਰ ਬਾਬਾ ਜੀ ਦਾ ਨਾ ਗੁਰਦੁਆਰਾ ਸਾਹਿਬ ਆ ਜਿਹੜਾ ਪਾਓ ਪਿੰਡ ਸਾਹਿਬ ਅੰਮ੍ਰਿਤਸਰ ਤੋਂ ਹੈਗਾ 30-35 ਕਿਲੋਮੀਟਰ ਦਾ ਰਸਤਾ ਤਾਂ ਆਪਾਂ ਸ਼ੋਰਟਕੱਟ ਵਗੈਰਾ ਮਾਰ ਕੇ ਨਾ 10-15 ਕਿਲੋਮੀਟਰ ਕਵਰ ਕਰ ਚੁੱਕੇ ਹਾਂ ਚਾਹ ਦੁੱਧ ਜਾਂ ਕੁਝ ਇੱਦਾਂ ਦਾ ਮਿਲਦਾ ਹੈ ਤਾਂ ਆਪਾਂ ਜ਼ਰੂਰ ਛਕਾਂਗੇ ਅਤੇ ਤੁਹਾਨੂੰ ਦੱਸਾਂਗੇ ਵੀ ਨਾਲ ਨਾਲ ਕਿ ਮਤਲਬ ਮਜ਼ਾ ਆ ਜਾਂਦਾ ਨਾ ਅਤੇ ਸੰਡੇ ਹੈਗਾ ਉੱਤੋਂ ਸ਼ਹੀਦਾਂ ਸਿੰਘਾਂ ਦਾ ਦਿਨ ਅਤੇ ਹੌਲੀ ਹੌਲੀ ਤੁਰੇ ਚੱਲਦੇ ਹਾਂ ਜੀ ਅਤੇ ਤੁਹਾਨੂੰ ਵੀ ਜ਼ਰੂਰ ਸਾਰਾ ਕੁਝ ਦਿਖਾਉਂਦੇ ਹਾਂ ਸਬਜ਼ੀ ਜ਼ਿਆਦੀ ਦਾਲ ਘੱਟ
ਨੇ ਮੇਰੇ ਚੋਲ ਜ਼ਿਆਦਾ ਸਬਜ਼ੀ ਘੱਟ ਮਿਕਸ ਅਪ ਹਣਾ ਆ ਜਾ ਫਿਰ ਯਾਰ ਬਾੜੀ ਭੁੱਖ ਲੱਗੀ ਸੀਗੀ ਤੇ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਚੀਜ਼ ਮਿਲ ਗਈ ਹੈ ਚੌਲ ਰੋਂਗੀ ਕਹਿੰਦੇ ਆ ਨਾ ਇਹਨੂੰ ਲੌਂਚੀ ਰੋਂਗੀ ਆਲੂ ਵਾਲੀ ਸਬਜ਼ੀ ਮਤਲਬ ਯਾਰ ਦਿਲ ਖੁਸ਼ ਮਤਲਬ ਇੰਨਾ ਕੁ ਸਕੂਨ ਮਿਲਦਾ ਨਾ ਦਿਲ ਨੂੰ ਇਹੋ ਜਿਹਾ ਮਤਲਬ ਇੰਨੀ ਕਿਰਪਾ ਹੈ ਨਾ ਇਸ ਵਾਲੀ ਸਾਈਡ 'ਤੇ ਮਾਝੇ ਵਾਲੀ ਸਾਈਡ 'ਤੇ ਕਿ ਨਹੀਂ ਮਾਝਾ ਜ਼ੋਨ ਮਾਝਾ ਜ਼ੋਨ ਹੀ ਆ ਅਤੇ ਅਸੀਂ ਕਰਦੇ ਹਾਂ ਜੀ ਮਤਲਬ ਚੱਕਦੇ ਹਾਂ ਅੱਗੇ ਹੁਣ ਚੱਲਦੇ ਥੋੜ੍ਹਾ ਹੀ ਰਸਤਾ ਰਹਿ ਗਿਆ ਵਾ ਅਤੇ ਤੁਹਾਡੇ ਨਾਲ ਇੱਕ ਇੱਕ ਚੀਜ਼ ਸ਼ੇਅਰ ਹੋ ਰਹੀ ਆ ਵੇਖ ਲਓ ਅਤੇ ਤੁਸੀਂ ਸਪੋਰਟ ਜ਼ਰੂਰ ਕਰਨੀ ਹੈ ਚੈਨਲ ਨੂੰ ਖਿੱਚ ਕੇ ਰੱਖਣਾ ਕੰਮ ਨੂੰ ਚੌਲ ਅਤੇ ਸਬਜ਼ੀ ਅਤੇ ਕੜੀ ਆਹ ਬਾਬਾ ਜੀ ਕਿਰਪਾ ਅਤੇ ਹੁਣ ਯਾਰ ਪਿਆਸ ਲੱਗ ਗਈ ਆ ਚਾਹ ਕੌਫੀ ਕੋਲਡ ਡਰਿੰਕ ਜੂਸ ਜੋ ਮਿਲਿਆ ਹੁਣ ਆਪਾਂ ਉਹ ਵੇਖਾਂਗੇ ਉਹ ਵੇਖ ਕੇ ਫਿਰ ਕੁਝ ਹੋਰ ਪੂੜੀ ਛੋਲੇ ਵਗੈਰਾ ਕੁਝ ਮਿਲੇ ਉਹ ਵੇਖ ਕੇ ਫਿਰ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਵਾਪਸ ਅਤੇ ਯਾਰ ਵਾਪਸ ਆ ਕੇ ਨਾ ਮੈਂ ਐਕਚੁਅਲੀ ਟੈਟੂ ਵੀ ਦਿਖਾਉਣਾ ਆਪਣਾ ਆਹ ਦੇਖਿਓ ਹੋਏ ਹੋਏ ਹੁਣ ਤਾਂ ਕੱਟਾ ਜਿਹਾ ਹੋ ਗਿਆ ਹਾਂ ਟੈਟੂ ਦਿਖਾਉਣਾ ਬਾਈ ਨੂੰ ਟੇਪ ਲਵਾਉਣੀ ਆ ਅਤੇ ਤੁਹਾਨੂੰ ਪ੍ਰੋਪਰ ਨਹੀਂ ਦਿਖਾਉਂਦੇ ਆ ਅਤੇ ਤੁਹਾਨੂੰ ਮੀਨਿੰਗ ਵੀ ਦੱਸਦੇ ਆ ਉਹਦਾ ਸੋ ਆ ਜਾਓ ਯਾਰ ਆਹ ਚੀਜ਼ ਸਭ ਤੋਂ ਵਧੀਆ ਵਾ ਹੈ ਨਾ ਸਭ ਤੋਂ ਵਧੀਆ ਲੱਗੀ ਆਪਾਂ ਚਾਹ ਕੌਫੀ ਕਰ ਰਹੇ ਬਾਬਾ ਜੀ ਨੇ ਦੁੱਧ ਪਿਆ ਤਾ ਚਾਹ ਲੱਭਦਾ ਦੁੱਧ ਲਿਆ ਕੇ ਡਿੱਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਉਹਨੂੰ ਮਿਲਿਆ ਉਹਨੂੰ ਮਿਲਿਆ ਆੜੀ ਮਿਲਿਆ ਆੜੀ ਕਾਫੀ ਪੁਰਾਣਾ ਯਾਰ ਦੋਸਤ ਅਲਗੋ ਕੋਠੀ ਤੋਂ ਚਾਬੀ ਕੱਢੀਏ ਕੁੱਤ
ਕੁੱਤੇ ਦੀਆਂ ਲੱਤਾਂ ਟੁੱਟ ਗਈਆਂ ਜਾਪਦੀਆਂ। ਯਾਰ ਵੇਖੋ ਗਲਤੀ ਕੀ ਕਹਿ ਸਕਦੇ ਹੁਣ, ਜਦੋਂ ਪਤਾ ਆ ਕਿ ਜਾ ਰਹੇ ਹੋ ਉੱਡਦੇ ਆ ਰਹੇ, ਅੱਗੇ ਕੁੱਤਾ ਆ ਗਿਆ ਸਡਨਲੀ, ਐਕਸੀਡੈਂਟ ਹੋ ਗਿਆ, ਉਹਦੀ ਵੀ ਲੱਤ 'ਤੇ ਵੀ ਪ੍ਰੋਬਲਮ ਆ ਗਈ, ਚੱਲਿਆ ਨਹੀਂ ਜਾ ਰਿਹਾ, ਝਰੀਟਾਂ ਪੈ ਗਈਆਂ, ਐਕਸੀਡੈਂਟ ਹੋ ਗਿਆ, ਘਰੋਂ ਆਉਂਦੇ ਹੋ ਤੁਸੀਂ ਕਿ ਯਾਰ ਮਾਂ ਪਿਓ ਨੂੰ ਪਤਾ ਹੁੰਦਾ ਕਿ ਅਸੀਂ ਜਾ ਰਹੇ ਕਿੱਥੇ, ਮੱਥਾ ਟੇਕਣ, ਮਾਂ ਪਿਓ ਨੂੰ ਇਸ ਲਈ ਪਾਇਆ ਗੁਰਦੁਆਰਾ ਸਾਹਿਬ ਜਾ ਰਿਹਾ, ਆ ਹੁੱਲੜਬਾਜ਼ੀਆਂ ਕਰਨੀਆਂ ਇਹ ਕਰਨੀਆਂ, ਤਾਂ ਹੀ ਉਹ ਕਹਿ ਰਹੇ ਬੰਦ ਕਰੋ। ਹੁਣ ਚਲੋ ਜਿੰਨੀ ਕੁ ਹੈਲਪ ਹੋ ਸਕਦੀ ਸੀ ਕਰਤੀ, ਸੋ ਅਸੀਂ ਹੁਣ ਚੱਲਦੇ ਅੱਗੇ ਨੂੰ ਚੱਲੇ, ਅਤੇ ਬਾਈ ਜੀ ਵਾਰ ਵਾਰ ਰਿਕੁਐਸਟ ਇਹੀ ਆ ਹੌਲੀ ਚਲਾਓ, ਹੌਲੀ ਚਲਾਓਗੇ ਤਾਂ ਕੰਟਰੋਲ 'ਚ ਰਹੋਗੇ, ਗੁਰਦੁਆਰਾ ਸਾਹਿਬ ਹੀ ਜਾਣਾ, ਤੁਸੀਂ ਕਿਹੜੀ ਜਾ ਕੇ ਯਾਰ ਅੱਗੇ ਏਅਰਪੋਰਟ 'ਤੇ ਜਾ ਕੇ ਫਲਾਈਟਾਂ ਉਡਾਉਣੀਆਂ, ਤੁਹਾਡੇ ਵੀਜ਼ੇ ਲੱਗੇ ਸਾਲਾ, ਇਹ ਲੱਗਾ ਵੋ ਲੱਗਾ, ਮੂਡ ਖਰਾਬ। ਸੋ ਚਲੋ ਯਾਰ ਹੌਲੀ ਚਲਾਇਆ ਕਰੋ, ਵਾਰ ਵਾਰ ਕਹਿ ਰਹੇ ਹਾਂ, ਗੱਡੀਆਂ ਬਾਈਕਾਂ ਜੋ ਵੀ ਤੁਹਾਡੇ ਹੱਥ 'ਚ ਹੈਗੇ ਹੈ ਨਾ ਹੌਲੀ, ਠੀਕ ਹੈ, ਘਰਦਿਆਂ ਨੂੰ ਤੁਸੀਂ ਦੱਸ ਕੇ ਆਏ ਹੋ ਅਸੀਂ ਮੱਥਾ ਟੇਕਣ ਚੱਲੇ ਹਾਂ, ਇੱਥੇ ਤੁਸੀਂ ਯਾਰਾਂ ਦੋਸਤਾਂ ਨਾਲ ਮਿਲ ਕੇ ਹੁੱਲੜਬਾਜ਼ੀ ਕਰਦੇ ਹੋ, ਧਿਆਨ ਰੱਖੋ। ਸੋ ਚੱਲਦੇ ਹਾਂ ਜੀ, ਹੁਣ ਆਪਾਂ ਵੀ ਦਰਸ਼ਨ ਦੇ ਲਾਗੇ ਪਹੁੰਚ ਚੁੱਕੇ ਹਾਂ, ਠੀਕ ਹੈ, ਯਾਰ ਦੋਸਤ ਮਿਲੇ ਸੀਗੇ, ਬਟ ਵਾਹਿਗੁਰੂ ਮੇਹਰ ਰੱਖੇ। ਹੁਣ ਇਹਨਾਂ ਨੂੰ ਕਿੱਦਾਂ ਰੋਕੀਏ, ਡੰਡਾ ਫੜ ਲਈਏ ਹੱਥ 'ਚ ਅਤੇ ਅੱਗੇ ਖੜੇ ਹੋ ਜਾਈਏ, ਹੈਨਾ, ਆਹ ਹੀ ਲਾ ਲਈਏ। ਲੋ ਜੀ ਭਿੱਖੀ ਪਿੰਡ ਪਹੁੰਚ ਗਏ ਆ, ਆਹ ਚੌਂਕ ਤੋਂ ਹੀ ਨਾ ਰਾਈਟ ਹੋ ਗਏ ਗੁਰਦੁਆਰਾ ਸਾਹਿਬ ਆ ਜਾਣਾ, ਤੇ ਫਿਰ ਸ਼ਾਇਦ ਉੱਥੇ ਸੰਗਤ ਬਹੁਤ ਹੋਣੀ ਆ, ਮੈਂ ਕਿਹਾ ਦਾਲ ਫੁਲਕਾ ਛਕਿਆ ਜਾਵੇ, ਤੇ ਉਸ ਤੋਂ ਬਾਅਦ ਦਰਸ਼ਨ ਕਰਕੇ ਖੀਰ ਵੀ ਹੈਗੀ ਆ, ਖੀਰ ਛੱਕ ਕੇ ਦਰਸ਼ਨ ਕਰਦੇ ਹਾਂ, ਟਰਾਈ ਕਰਦੇ ਹਾਂ, ਜੇ ਬਾਬਾ ਜੀ ਦੇ ਦਰਸ਼ਨ ਹੋ ਗਏ, ਨਹੀਂ ਤਾਂ ਬਾਹਰੋਂ ਦਰਸ਼ਨ ਕਰਕੇ ਫਿਰ ਵਾਪਸ ਚੱਲਦੇ, ਤਾਂ ਟਾਈਮ ਵੀ ਬਹੁਤ ਹੋ ਗਿਆ।
ਕੱਲ ਤੋਂ ਆਪਾਂ ਡਾਈਟ ਤੇ ਆ ਤੇ ਆਪਾਂ ਜੋ ਅੱਜ ਦਿਲ ਕੀਤਾ ਉਹੀ ਖਾਣਾ ਆ ਕਿਉਂਕਿ ਬਾਬੇ ਦਾ ਪ੍ਰਸ਼ਾਦ ਆ। ਹਾਂ ਖਾਣਾ ਬਣਦਾ ਵੀ ਆ। ਨਸ਼ਾ ਕੀ ਕਰਦਾ ਯਾਰ, ਪਾਣੀ ਦੀ ਬੋਤਲ ਲੈ ਕੇ ਆਉਂਦਾ, ਪਿਆਸ ਲੱਗੀ ਆ ਪਾਣੀ ਵਾਲੀ ਹਨਾ। ਲਓ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਪਹੁੰਚ ਗਏ ਪਿੰਡ 'ਚ ਅਸੀਂ ਹਨਾ। ਇੱਥੇ ਕੀ ਹੁੰਦਾ ਮਾੜਾ ਜਿਹਾ ਰਿਕੁਐਸਟ ਕੀਤੀ ਘਰ ਵਾਲੇ ਨੂੰ ਕਿਉਂਕਿ ਬਾਹਰ ਤਾਂ ਯਾਰ ਰਿਸਕ ਹੈਗਾ, ਪਾਰਕਿੰਗ 'ਚ ਵੀ ਤੁਹਾਨੂੰ ਪਤਾ ਬਹੁਤ ਟਾਈਮ ਲੱਗ ਜਾਣਾ, ਅਤੇ ਇੱਥੇ ਅਸੀਂ ਵੈਸੇ ਹੀ ਆਂਟੀ ਜੀ ਨੂੰ ਕਿਹਾ ਕਿ ਆਂਟੀ ਤੁਹਾਡੇ ਘਰ ਵੱਲ ਲਾ ਦਈਏ। ਵੈਸੇ ਹੀ ਇਹਨੇ ਜਾ ਕੇ ਪੁੱਛਿਆ ਕਿ ਇੱਥੇ ਬਾਈਕ ਲਾ ਜਾਈਏ, ਅਸੀਂ ਤਾਂ ਕਹਿੰਦੇ ਲਾ ਜਾਓ ਕੋਈ ਗੱਲ ਨਹੀਂ, ਪਹਿਲੀ ਵਾਰ 'ਚ ਹੀ ਕਹਿ ਦਿੱਤਾ ਲਾ ਜਾਓ। ਸੋ ਮੰਨਦੇ ਹੋ ਨਾ, ਸੋ ਉੱਥੇ ਅਸੀਂ ਬੁਲਟ ਲਾ ਆਏ ਹਾਂ, ਪਾਰਕਿੰਗ ਹੁੰਦੀ ਹਰ ਵਾਰ, ਹਾਂ ਹਰ ਵਾਰ ਹੀ ਪਾਰਕਿੰਗ ਕਰਾਂ ਜੀ। ਠੀਕ ਹੈ, ਉੱਥੇ ਇਹ ਕਿ ਰਿਸਕ ਤਾਂ ਨਹੀਂ ਨਾ ਯਾਰ ਕੋਈ ਚੱਕਰ ਇਹ ਆ। ਸੋ ਆਰਾਮ ਨਾਲ ਆਪਾਂ ਆਰਾਮ ਨਾਲ ਦਰਸ਼ਨ ਕਰ ਸਕਦੇ ਗੁਰੂ ਸਾਹਿਬ ਦੇ, ਬਟ ਕੋਸ਼ਿਸ਼ ਕਰਾਂਗੇ ਫਟਾਫਟ ਕਿਉਂਕਿ ਹਨੇਰਾ ਹੋ ਰਿਹਾ ਬਹੁਤ ਜ਼ਿਆਦਾ, ਅਤੇ ਵਾਪਸ ਜਾਣਾ ਵੀ ਆ 35-40 ਕਿਲੋਮੀਟਰ ਦਾ ਰਸਤਾ ਆ, ਅਤੇ ਬਹੁਤ ਟਾਈਮ ਲੱਗ ਜਾਣਾ। ਆਪਾਂ ਵੇਲੋ ਕਿੰਨੇ 3 ਵਜੇ ਤੁਰੇ ਹਾਂ, ਅਤੇ ਟਾਈਮ ਕੀ ਹੋ ਗਿਆ, 6:30 ਵੇਲੋ ਵੱਜ ਗਏ ਆ। ਸੋ ਹੁਣ ਚੱਲਦੇ ਹਾਂ ਜੀ, ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲਦੇ ਹਾਂ ਫਟਾਫਟ, ਦਰਸ਼ਨ ਦੀਦਾਰੇ ਕਰਕੇ ਅਤੇ ਵਾਪਸੀ ਚੱਲਦੇ ਹਾਂ। ਅਤੇ ਹੋਰ ਵੀ 2-4 ਕੰਮ ਕਰਨੇ ਸੀ ਤੁਹਾਡੇ ਨਾਲ, ਉਹ ਵੀ ਸ਼ੇਅਰ ਕਰਾਂਗੇ, ਅਤੇ ਦੇਖ ਸਕਦੇ ਹੋ ਤੁਸੀਂ। ਮੀਂਹ ਕਰਕੇ ਨਾ ਕਾਫੀ ਜ਼ਿਆਦਾ ਹੋ ਗਿਆ ਸੀਗਾ। ਸੋ ਆਪਾਂ ਸਿੱਧਾ ਹੁਣ ਗੁਰਦੁਆਰਾ ਸਾਹਿਬ ਚੱਲਦੇ ਹਾਂ, ਸੋ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਅਤੇ ਬਣੇ ਰਹੋ। ਲਓ ਜੀ ਦਰਸ਼ਨ ਹੋ ਗਏ ਆ ਗੁਰੂ ਸਾਹਿਬ ਦੇ ਪੂਰੇ ਵਧੀਆ ਵਾਲੇ, ਅਤੇ ਆਪਾਂ ਫੋਨ ਅੰਦਰ ਨਹੀਂ ਯੂਜ਼ ਕੀਤਾ, ਜੋੜੇ ਘਰ 'ਚੋਂ ਨਿਕਲ ਆਏ ਹਾਂ, ਜੋੜਾ ਪਾ ਲਏ ਆ, ਹੁਣ ਚੱਲੇ ਆਪਾਂ ਘਰਾਂ ਨੂੰ, ਅਤੇ ਹੋਪ ਆਰਾਮ ਨਾਲ ਹੀ ਪਹੁੰਚੀਏ ਕਿਉਂਕਿ ਜਾਣ ਟਾਈਮ ਨਾਲ ਥੋੜ੍ਹਾ ਜਿਹਾ ਰਿਸਕ ਹੁੰਦਾ, ਹਨੇਰਾ ਹੋ ਗਿਆ ਬਹੁਤ ਜ਼ਿਆਦਾ। ਸੋ ਆਰਾਮ ਨਾਲ ਜਾਂਦੇ ਹਾਂ, ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ, ਡਿਸਕਸ ਕਰਦੇ ਹਾਂ, ਥੋੜ੍ਹਾ ਜਿਹਾ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ। ਕਹਿਣਾ ਕੁਝ ਕਹਿਣਾ ਯਾਰ, ਕੁਝ ਕਹਿਣਾ, ਕੁਝ ਬੋਲ ਕੁਝ। ਸੋ ਚੱਲਦੇ ਹਾਂ ਜੀ, ਬਣੇ ਰਹੋ ਇਹ ਬਲੌਗ ਦੇ ਉੱਤੇ। ਫਸ ਗਏ ਆ ਕਿਉਂਕਿ ਨਗਰ ਕੀਰਤਨ ਗਿਆ ਆ ਆ ਸਿਖਰਾ, ਤੇ ਹੁਣ ਆਪਾਂ ਨਾ ਵਿੱਚੋਂ ਦੀ ਰਸਤਾ ਲੱਭਦੇ ਆ, ਤੇ ਇੱਧਰ ਦੀ ਰਾਹ ਨਿਕਲੂ ਕਿਆ ਬੰਨੇ ਭਾਈ, ਰਾਹ ਹੈਗਾ ਨਾ ਕਿੱਧਰੋਂ ਨਿਕਲ ਜੂ ਭਾਜੀ, ਇਹ ਸਿੱਧਾ ਭਿੱਖੀ ਮੰਡੀ ਚੱਲ ਜਾਣਾ। ਅੱਛਾ ਚੌਂਕਲ ਇੱਧਰ, ਹਾਂ ਇੱਧਰੋਂ ਨਿਕਲਦੇ ਆ, ਨਿਕਲ ਜੇ ਟਾਈਮ ਸਿਰ ਅੰਮ੍ਰਿਤਸਰ ਪਹੁੰਚ ਗਏ ਤੇ ਟੈਟੂ ਵਾਲੇ ਕੋਲ ਜਾਣਾ ਯਾਰ, ਦਿਖਾਉਣ ਤੇ ਸਟਿੱਕਰ ਦੀ ਟੇਪ ਉਤਰਵਾਉਣ। ਸੋ ਕੀਪ ਔਨ ਟੱਚ ਤੇ ਕਰਦੇ ਅੱਗੇ ਸ਼ੂਟ। ਆਪਾਂ ਹੁਣ ਦੇਖੋ ਜੀ ਸਿੱਧਾ ਇੱਕ ਟ੍ਰੈਫਿਕ 'ਚੋਂ ਬਾਹਰੋਂ ਬਾਹਰ ਸਿੱਧਾ ਟੀ ਪੁਆਇੰਟ ਤੋਂ ਲੈਫਟ ਹੋ ਗਿਆ, ਆਪਾਂ ਮੇਨ ਹਾਈਵੇ 'ਤੇ ਪਹੁੰਚ ਜਾਣਾ ਆ। ਠੀਕ ਹੈ, ਅਤੇ ਬਾਬੇ ਨੇ ਸੜਕਾਂ ਵਿਖਾ ਦਿੱਤੀਆਂ ਵਧੀਆ, ਸਹੀ ਹੈ, ਫਾਇਦਾ ਹੋ ਗਿਆ ਮਤਲਬ। ਹਾਂ ਬਿਲਕੁਲ,
ਅੱਗੇ ਰਹਿ ਗਏ ਆਪਾਂ ਵੀਰ ਕੋਲ ਪੁੱਛ ਲਿਆ ਆਪਾਂ ਨੇ ਤੇ ਆਈਡੀਆ ਜਿਹਾ ਲਾਇਆ ਬਹੁਤ ਬੁਰਾ ਹਾਲ ਹੋ ਗਿਆ ਕਿਉਂਕਿ ਨਗਰ ਕੀਰਤਨ ਸਿਖਰਾਂ ਤੇ ਆ ਗਿਆ ਉੱਪਰ ਮੇਨ ਪੁਆਇੰਟ ਮੇਨ ਲਾਈਨ 'ਚ ਨਾ ਐਕਚੁਅਲੀ ਨਗਰ ਕੀਰਤਨ ਆ ਚੁੱਕਿਆ ਵਾ ਉਹਦੇ ਕਰਕੇ ਨਿਕਲਣਾ ਬਹੁਤਾ ਹੀ ਔਖਾ ਮਤਲਬ 4-5 ਘੰਟੇ ਤੇ ਕਿਤੇ ਨਹੀਂ ਨਾ ਗਏ ਕਿਤੇ ਨਹੀਂ ਗਏ ਉਹ ਦੇਖ ਸਕਦੇ ਹੋ ਉਹ ਡਰਾਈਵਰ ਲਾਈਟਾਂ ਦੇਖ ਸਕਦੇ ਹੋ ਨਾ ਉਹੀ ਲਾਈਨ ਆ ਸਾਰੀ ਦੀ ਸਾਰਾ ਨਗਰ ਕੀਰਤਨ ਦਾ ਹੀ ਆ ਸਾਰਾ ਬਲੌਕ ਹੋਇਆ ਪਿਆ ਰਸਤਾ ਠੀਕ ਹੈ ਹਾਂ ਆ ਗਏ ਆ ਤੇ ਹੁਣ ਨਿਕਲਦੇ ਆ ਸ਼ਹਿਰ ਸ਼ਹਿਰ ਅੰਮ੍ਰਿਤਸਰ ਸ਼ਹਿਰ ਪਹੁੰਚ ਗਏ ਹੁਣ ਤੇ ਤੁਹਾਡੇ ਨਾਲ ਕਰਦੇ ਆ ਵਾਰਦਾਤ ਕੋਈ ਨਾ ਕੋਈ ਤੇ ਕੋਈ ਗੱਲ ਕਰ ਰਹੇ ਸੀ ਤੁਹਾਡੇ ਨਾਲ ਆਪਾਂ ਬਲੌਗ ਦੇ ਐਂਡ 'ਚ ਕਰਾਂਗੇ ਬਣੇ ਰਹੋ ਆਇਆ ਠੰਡ ਬਹੁਤ ਆ ਗਰਮਾ ਗਰਮ ਕੜੀ ਚੌਲ ਦਾ ਲੰਗਰ ਵਾਪਸੀ ਵੇਲੇ ਯਾਰ ਠੰਡ ਹੋ ਗਈ ਬਹੁਤ ਜ਼ਿਆਦਾ ਆਹ ਦੇਖ ਪਾ ਰਹੇ ਉਹਦੀ ਸੋ ਜਦੋਂ ਸੁਣਿਆ ਨਾ ਕੜੀ ਚੌਲ ਗਰਮਾ ਗਰਮ ਸਹੀ ਗਾ ਚੱਲ ਯਾਰ ਛਕਿਆ ਜਾਵੇ ਸੋ ਤੁਸੀਂ ਵੀ ਕਰੋ ਇੰਜੋਏ ਇਸ ਵੀਡੀਓ ਨੂੰ ਅਤੇ ਆਹੀ ਕਰਦੇ ਕੜੀ ਚੌਲ ਨੂੰ ਇੰਜੋਏ ਸੋ ਨਜ਼ਾਰੇ ਲਓ ਸਾਨੂੰ ਤਾਂ ਹੋ ਗਏ ਦਰਸ਼ਨ ਬਾਬਾ ਜੀ ਦੇ ਅਤੇ ਤੁਹਾਡੇ ਨਾਲ ਵੀ ਜ਼ਰੂਰ ਸਾਂਝੇ ਕੀਤੇ ਆਪਾਂ ਅਤੇ ਬਹੁਤ ਵਧੀਆ ਬਾਬਾ ਜੀ ਦੇ ਦਰਸ਼ਨ ਹੋ ਗਏ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਅੰਮ੍ਰਿਤਸਰ ਨੂੰ ਬਿਲਕੁਲ ਲਾਗੇ ਪਹੁੰਚ ਗਏ ਆਪਾਂ ਠੀਕ ਹੈ ਜੀ ਲਓ ਜੀ ਫਾਈਨਲੀ ਅਸੀਂ ਅੰਮ੍ਰਿਤਸਰ ਪਹੁੰਚ ਗਏ ਹਾਂ ਸ਼ੋਪਿੰਗ ਵਗੈਰਾ ਕਰਨ ਜਾਣਾ ਸੀ ਮਾਰਕੀਟ 'ਚੋਂ ਵੀ ਕਰ ਲਈ ਆ ਠੀਕ ਹੈ ਜੀ ਅਤੇ ਬਾਈ ਨੂੰ ਮੈਂ ਛੱਡਣ ਆਇਆ ਸੀਗਾ ਅਤੇ ਝੰਡਾ ਬਾਈ ਦਾ ਸੀਗਾ ਠੀਕ ਹੈ ਜੀ ਅਤੇ ਹੁਣ ਬਾਈ ਹੁਣੀ ਇਹਨੂੰ ਲੈ ਕੇ ਜਾਣਗੇ ਆਪਣੇ ਨਾਲ ਕਰਦੇ ਕੰਮ ਕਰ ਛੇਤੀ ਖਿੱਚ ਕੇ ਖਿੱਚ ਕੇ ਹੱਥ ਹੀ ਵੱਜੀ ਜਾਂਦਾ ਹਾਂ ਵੈਰੀ ਗੁੱਡ ਸਿਖਾਇਆ ਸੀ ਤੈਨੂੰ ਮੈਂ ਵੈਸੇ ਨਾ ਧੋਣ ਕਰ ਮੇਰਾ ਫੋਨ ਵੱਜ ਗਿਆ ਕਿਸਦਾ ਫੋਨ ਹੈ ਬਾਬੂ ਜੀ ਚਲੋ ਇਹ ਵੀ ਸਹੀ ਹੈ ਲਓ ਜੀ ਝੰਡਾ ਝੁੰਡਾ ਲੱਥ ਗਿਆ ਵਿੱਚ ਫੋਨ ਆ ਗਿਆ ਸੋਰੀ ਫੋਰ ਇੰਟਰਪਟ ਅਤੇ ਇਹ ਵਲੌਗ ਨੂੰ ਕਰਦੇ ਇੱਥੇ ਹੀ ਐਂਡ ਅਤੇ ਬਾਈ ਚਾਂਸ ਸਾਡੀ ਕੋਈ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤਾਂ ਮਾਫ਼ ਕਰਿਓ ਕਿਉਂਕਿ ਨਦਾਨ ਆ ਠੀਕ ਹੈ ਨਾ ਸੋ ਵਧੀਆ ਦਰਸ਼ਨ ਹੋ ਗਏ ਗੁਰੂ ਸਾਹਿਬ ਦੇ ਅਤੇ ਅੰਦਰ ਫੋਨ ਵਗੈਰਾ ਜ਼ਿਆਦਾ ਅਲਾਊਡ ਨਹੀਂ ਸੀਗਾ ਸੀ ਉਹ ਨੌਵਾਰੀ ਵਾਲੇ ਗੁਰਦੁਆਰਾ ਸਾਹਿਬ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹਰ ਜਗ੍ਹਾ 'ਤੇ ਫੋਨ ਕੱਢ ਲਓ ਸੋ ਵਧੀਆ ਰਿਹਾ ਚੱਲ ਰਿਹਾ ਬਸ ਇਹੀ ਗੱਲ ਕਹਾਂਗਾ ਇਸ ਵਲੌਗ ਦੇ ਥਰੂ ਕਿ ਬਾਈ ਥੋੜ੍ਹਾ ਜਿਹਾ ਆਰਾਮ ਨਾਲ ਚਲਾਇਆ ਕਰੋ ਵੇਖਿਆ ਨਾ ਕਿੰਨਾ ਨੁਕਸਾਨ ਹੋਇਆ ਕੋਈ ਫਾਇਦਾ ਚਲਾਉਣ ਦਾ ਸੋ ਮਿਲਦੇ ਹਾਂ ਜੀ ਨੈਕਸਟ ਵਲੌਗ ਨਾਲ ਜਲਦੀ ਐਕਸਾਈਟਮੈਂਟ ਵਾਲੀ ਕੋਈ ਚੀਜ਼ਾਂ ਨਾਲ ਅਤੇ ਕੁਛ ਚੀਜ਼ ਮੈਂ ਦੱਸਣੀ ਸੀਗੀ ਜਿਹੜੀ ਮੈਂ ਵਾਰ ਵਾਰ ਕਹਿ ਰਿਹਾ ਮੈਂ ਆਪਣੀ ਫਾਰਮ ਰਜਿਸਟਰ ਕਰ ਚੁੱਕਿਆ ਵਾਂ ਜੇ ਰਾਮ ਗੱਡੀ ਦੇ ਨਾਮ ਦੇ ਉੱਤੋਂ ਠੀਕ ਹੈ ਅਤੇ ਕਿਸੇ ਨੇ ਵੀ ਕੁਛ ਬ੍ਰੈਂਡਿੰਗ ਐਡਵਰਟਾਈਜ਼ਿੰਗ ਕੁਛ ਵੀ ਡਿਜੀਟਲ ਮਾਰਕੀਟਿੰਗ ਦੇ ਰਿਲੇਟਡ ਆਈ ਟੀ ਦੇ ਰਿਲੇਟਡ ਕੁਛ ਵੀ ਕੁਆਰੀਜ਼ ਹੋਵੇ ਕਮੈਂਟ ਕਰ ਦਿਉ ਤੁਹਾਨੂੰ ਰਿਪਲਾਈ ਕੀਤਾ ਜਾਏਗਾ ਠੀਕ ਹੈ 1-2 ਦਿਨਾਂ ਦੇ ਵਿੱਚ ਮੇਰੀ ਵੈਬਸਾਈਟ ਵੀ ਰੈਡੀ ਹੋ ਜਾਣੀ ਆ ਸੋ ਉਹ ਵੀ ਮੈਂ ਤੁਹਾਡੇ ਨਾਲ ਪਬਲਿਸ਼ ਕਰੂੰਗਾ ਸੋ ਬਾਈ ਨੂੰ ਕਰਦੇ ਹਾਂ ਫ੍ਰੀ ਅਤੇ ਵਧੀਆ ਰਿਹਾ ਬਹੁਤ ਵਧੀਆ ਭਾਅ ਜੀ ਮਜ਼ਾ ਆਇਆ ਬਹੁਤ ਮਜ਼ਾ
ਮਹਾਰਾਜ ਦੇ ਘਰ ਬਸ ਹਨਾ ਕਿਰਪਾ ਹੀ ਕਿਰਪਾ। ਸੋ ਚੱਲਦੇ ਹਾਂ ਜੀ, ਵਲੋਗ ਨੂੰ ਇੱਥੇ ਹੀ ਐਂਡ ਕਰਦੇ ਹਾਂ। ਹੋਪ ਆ ਤੁਸੀਂ ਲਾਈਕ ਕਰੋਗੇ, ਸ਼ੇਅਰ ਕਰਿਓ, ਜੇ ਵੀਡੀਓ 'ਤੇ ਨਵੇਂ ਆਉਂਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ। ਸੋ ਟੇਕ ਕੇਅਰ, ਥੱਕ ਗਏ ਬਹੁਤ ਜ਼ਿਆਦਾ।